ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਹਰ ਐਤਵਾਰ ਨੂੰ ਡਸਕੇ ਪਿੰਡ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਜਿਹੜੇ ਵੱਡੇ ਵੱਡੇ ਰੋਗਾਂ ਦੇ ਨਾਲ ਛੋਟੇ ਛੋਟੇ ਰੋਗਾਂ ਦੇ ਨਾਲ ਕਾਫੀ ਕਾਫੀ ਸਮੇਂ ਤੋਂ ਅੰਗਰੇਜ਼ੀ ਦਵਾਈਆਂ ਖਾ ਖਾ ਕੇ ਅੱਕ ਚੁੱਕੇ ਆ ਥੱਕ ਚੁੱਕੇ ਆ ਠੀਕ ਨਹੀਂ ਹੋ ਰਿਹਾ ਸਰੀਰ ਹੋਰ ਹੀ ਖਰਾਬ ਹੁੰਦਾ ਜਾਂਦਾ ਤਾਂ ਉਹ ਹਰ ਐਤਵਾਰ ਨੂੰ ਡਸਕੇ ਪਿੰਡ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਇਲਾਜ ਗਰੰਟੀ ਨਾਲ ਕਰਵਾ ਸਕਦੇ ਆ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਇਹ ਜਿਹੜਾ ਡਸਕਾ ਪਿੰਡ ਹੈ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਲਹਿਰਾਗਾਗਾ ਲੱਗਦੀ ਹੈ ਨੇੜੇ ਇਹਦੇ ਸ਼ਹਿਰ ਲਹਿਰਾਗਾਗਾ ਵੀ ਹੈ ਬੁੱਢਲਾਡਾ ਵੀ ਹੈ ਸੁਨਾਮ ਵੀ ਹੈ ਤੇ ਇਸੇ ਤਰ੍ਹਾਂ ਬਰੇਟਾ ਵੀ ਹੈ ਇਸੇ ਤਰ੍ਹਾਂ ਤੁਸੀਂ ਜਾਖੜ ਵੀ ਨੇੜੇ ਹੀ ਆ ਗਿਆ ਤਾਂ ਤੁਸੀਂ ਹਰ ਐਤਵਾਰ ਨੂੰ ਡਸਕੇ ਪਿੰਡ ਦੇ ਵਿੱਚ ਸਾਨੂੰ ਮਿਲ ਸਕਦੇ ਹੋ ਫੋ ਅੱਜ ਜਿਸ ਬਿਮਾਰੀ ਦੇ ਸਬੰਧ ਵਿੱਚ ਆਇਆ ਉਹ ਵੀ ਨੌਜਵਾਨਾਂ ਨਾਲ ਸੰਬੰਧਿਤ ਰੋਗ ਹੈ ਤਾਂ ਉਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਵੀ ਸਾਡੇ ਦਵਾਖਾਨੇ ਨੂੰ ਬਦਨਾਮ ਕਰਨ ਵਾਸਤੇ ਇੱਕ ਅਮਰਤਪਾਲ ਨਾਂ ਦਾ ਲੜਕਾ ਲੱਗਿਆ ਹੋਇਆ ਹੈ ਡਸਕੇ ਪਿੰਡ ਦਾ ਹੀ ਹੈ ਸਾਡੇ ਤੋਂ ਕਾਫੀ ਪੈਸੇ ਮੰਗਦਾ ਸੀਗਾ ਇੱਥੇ ਰੱਖਿਆ ਸੀਗਾ ਉਹਦੀਆਂ ਗਲਤੀਆਂ ਕਈ ਸੀ ਅਸੀਂ ਕੱਢਤਾ ਉਸ ਤੋਂ ਬਾਅਦ ਕਹਿੰਦਾ ਮੈਂ ਤੁਹਾਨੂੰ ਬਲੈਕਮੇਲ ਕਰੂੰਗਾ ਤਾਂ ਕਾਫੀ ਕੁਝ ਵੈਸੇ ਹੱਸਦੇ ਖੇਡਦੇਆਂ ਦੀਆਂ ਵੀਡੀਓ ਬਣਾ ਬਣਾ ਕੇ ਪਾਉਣੀਆਂ ਤੇ ਕਾਫੀ ਕੁਛ ਉਹਨੇ ਕੀਤਾ ਸਾਡੇ ਤੇ ਦਰਖਾਸਤਬਾਜ਼ੀ ਕੀਤੀ ਮਾਨਯੋਗ ਐਸਐਸਪੀ ਸੰਗਰੂਰ ਡੀਐਸਪੀ ਲਹਿਰਾ ਇਸੇ ਤਰ੍ਹਾਂ ਆਈਜੀ ਪਟਿਆਲਾ ਡੀਜੀਪੀ ਮੁੱਖ ਮੰਤਰੀ ਸਾਹਿਬ ਸੇਤ ਵਿਭਾਗ ਦੇ ਵਿੱਚ ਉਹਨੇ ਕੋਈ ਮਹਿਕਮਾ ਹੀ ਨਹੀਂ ਛੱਡਿਆ ਜਿਹਦੇ ਵਿੱਚ ਸਾਡੇ ਵਿਰੋਧੀਆਂ ਨੇ ਉਤੋਂ ਦਰਖਾਸਤਾਂ ਨਾ ਪਵਾਈਆਂ ਅੱਜ ਉਹਨਾਂ ਸਾਰੀਆਂ ਜਿੰਨੀਆਂ ਉਹਨੇ ਦਰਖਾਸਤਾਂ ਸਾਡੇ ਤੇ ਕੀਤੀਆਂ ਸਾਡੇ ਤੇ ਇਲਜ਼ਾਮ ਲਾਏ ਹਰ ਇੱਕ ਮਹਿਕਮੇ ਵੱਲੋਂ ਬਰੀਕੀ ਦੇ ਨਾਲ ਜਾਂਚ ਕਰਕੇ ਸਾਨੂੰ નિર્ਦੋਸ਼ ਠਹਿਰਾਇਆ ਜਿੰਨੇ ਉਹਨੇ ਇਲਜ਼ਾਮ ਲਾਏ ਸਾਰੇ ਉਹਦੇ ਝੂਠੇ ਪਾਏ ਨੇ ਤੇ ਉਸ ਬੰਦੇ ਤੇ ਅੱਜ ਮੈਂ ਮਾਨਹਾਨੀ ਦਾ ਮਾਨਯੋਗ ਕੋਰਟ ਮੂਨਕ ਦੇ ਵਿੱਚ ਪਰਚਾ ਘਟਾਇਆ 27 ਤਰੀਕ ਹੈ ਉਹਦੀ ਤੇ ਤੁਸੀਂ ਦੇਖ ਲਓ ਵੀ ਹੁਣ ਜ਼ਮਾਨਤਾਂ ਕਰਾਉਂਦਾ ਫਿਰਦਾ ਹਰ ਐਤਵਾਰ ਨੂੰ ਡਸਕੇ ਪਿੰਡ 'ਚ ਆਪਾਂ ਮਿਲਦੇ ਆ ਉਹਦੇ ਗਰੁੱਪ ਐ ਡਸਕੇ ਪਿੰਡ 'ਚ ਕਿਉਂਕਿ ਹਰ ਇੱਕ ਪਿੰਡ 'ਚ ਵਿਰੋਧੀ ਹੁੰਦੇ ਆ ਨਾ ਉਹ ਜਰਦੇ ਨਹੀਂ ਜਿਹੜੇ ਕਿਸੇ ਦੀ ਚੜ੍ਹਤ ਤਾਂ ਸਾਡੇ દવાਖਾਨੇ ਦੀ ਚੜ੍ਹਾਈ ਉਹਨਾਂ ਤੋਂ ਝੱਲੀ ਨਹੀਂ ਜਾਂਦੀ ਤੇ ਉਹ ਬੰਦੇ ਕੀ ਕਰਦੇ ਆ ਡਸਕੇ ਪਿੰਡ 'ਚ ਖੜ ਜਾਂਦੇ ਐ ਐਤਵਾਰ ਨੂੰ ਸੜਕਾਂ ਤੇ ਆਲੇ-ਦੁਆਲੇ ਵੀ ਸਾਨੂੰ ਪੁੱਛਣਗੇ ਮਰੀਜ਼ ਵੀ ਕਿੱਥੇ ਜੇ દવાਖਾਨਾ ਐ ਤਾਂ ਫਿਰ ਉਹ ਗਲਤ ਗਾਈਡ ਕਰਦੇ ਆ ਮਰੀਜ਼ਾਂ ਨੂੰ ਕੀ ਕਰਦੇ ਐ ਇਹ ਤਾਂ ਨਸ਼ਾ ਵੇਚਦੇ ਐ ਦਵਾਈਆਂ 'ਚ ਪਾ ਕੇ ਇਹ ਤਾਂ ਜੀ ਇਨਾਂ ਦੀ ਦਵਾਈਆਂ ਨਾਲ ਮਰੀਜ਼ ਹੀ ਨਹੀਂ ਠੀਕ ਹੁੰਦਾ ਇਹ ਤਾਂ ਗਲਤ ਦਵਾਈ ਦਿੰਦੇ ਆ ਬਹੁਤ ਕੁਝ ਤੁਹਾਨੂੰ ਗਲਤ ਗਾਈਡਨਸ ਕਰਨ ਵਾਸਤੇ ਡਸਕੇ ਪਿੰਡ ਦੇ ਲੋਕ ਵੀ ਕਰਦੇ ਆ ਜਿਹੜੇ ਗਲਤ ਨੇ ਕੁਝ ਕੁ ਸ਼ਰਾਰਤੀ ਬੰਦੇ ਇਸ ਅਮਰਤਪਾਲ ਦੇ ਗਰੁੱਪ ਨਾਲ ਸੰਬੰਧ ਨੇ ਜਿਹੜੇ ਤਾਂ ਉਹ ਬਹੁਤ ਕੁਝ ਕਰਦੇ ਆ ਵੀ ਕੋਸ਼ਿਸ਼ ਕਰਦੇ ਆ ਵੀ ਮਰੀਜ਼ਾਂ ਨੂੰ ਇੱਥੋਂ ਹੀ ਬੈਕ ਭੇਜ ਦਈਏ ਵੀ દવાખાਨੇ ਤੱਕ ਨਾ ਜਾਣ ਕਾਹਦੇ ਦਵਾਖਾਨਾ ਬੰਦ ਹੋ ਜਾਏ ਇੰਨਾ ਕੁਝ ਕਰਦੇ ਆ ਬਹੁਤ ਪਾਉਂਦੇ ਆ ਪਰ ਗੁਰੂ ਰਾਮਦਾਸ ਦੀ ਕਿਰਪਾ ਸੰਗਤ ਉਹਨਾਂ ਨੂੰ ਕੋਈ ਨਹੀਂ ਮੰਨਦਾ ਉਹਨਾਂ ਦੀ ਤੇ ਹਰ ਐਤਵਾਰ ਨੂੰ ਡਸਕੇ ਪਿੰਡ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆ ਤੁਸੀਂ ਇਹ ਜੇ ਫਰਾਡ ਬੰਦਿਆਂ ਤੋਂ ਜ਼ਰੂਰ ਬਚ ਕੇ ਰਹੋ ਡਸਕੇ ਪਿੰਡ 'ਚ ਉਹਦੇ ਗਰੁੱਪ ਦੇ ਨਾਲ ਹਲੇ ਵੀ ਬੰਦੇ ਹੈਗੇ ਆ ਪੰਜ ਜਣਿਆਂ ਤੇ ਤਾਂ ਮੈਂ ਮਾਨਹਾਨੀ ਦਾ ਪਰਚਾ ਘਟਾਤਾ ਮੂਨਕ ਕੋਟ 'ਚ ਤਾਂ ਹੋਰ ਵੀ ਨੇ ਉਹ ਫਿਰ ਐਤਵਾਰ ਨੂੰ ਆਪਦਾ ਕਾਰਜ ਕਰਦੇ ਆ ਲੋਕ ਬਦਨਾਮੀ ਕਰਦੇ ਆ ਦਵਾਖਾਨੇ ਦੀ ਬਹੁਤ ਕੁਸ਼ ਕਰਦੇ ਆ ਉਹ ਜਿਆ ਤਾਂ ਵੀ ਬਚ ਕੇ ਰਹੋ ਜੇ ਨਾ ਡਸਕੇ ਪਿੰਡ ਚ ਆਉਣਾ ਤੁਹਾਨੂੰ ਕੋਈ ਕੁਛ ਕਹੀ ਜਾਵੇ ਤੁਸੀਂ ਦਵਾਈਖਾਨਾ ਪੁੱਛ ਕੇ ਆ ਜਾਇਆ ਕਰੋ ਗਲਤ ਗਾਈਡ ਤੁਹਾਨੂੰ ਬਹੁਤ ਕਰਨਗੇ ਸੋ ਅੱਜ ਜਿਸ ਬਿਮਾਰੀ ਦੇ ਸੰਬੰਧ ਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਹੈ ਨੌਜਵਾਨਾਂ ਨਾਲ ਸੰਬੰਧਿਤ ਹੀ ਰੋਗ ਲਿੰਗ ਦੀਆਂ ਪ੍ਰੋਬਲਮਾਂ ਜਿਆਦਾ ਛੋਟਾਪਣ ਤੇ ਜਿਆਦਾ ਪਤਲਾਪਣ ਇਸ ਬਿਮਾਰੀ ਦੇ ਵਿੱਚ ਮੈਂ ਸਪੈਸ਼ਲ ਤੇਲ ਤੁਹਾਨੂੰ ਦੱਸਣ ਲੱਗਿਆ ਮੈਂ ਗਰੰਟੀ ਨਾਲ ਦਾਅਵੇ ਨਾਲ ਛਟਾਮ ਪੇਪਰ ਤੇ ਲਿਖ ਕੇ ਦੇਣ ਨੂੰ ਤਿਆਰ ਆ ਜਿੰਨੇ ਮਰਜ਼ੀ ਦਾ ਕੋਈ ਮੇਰੇ ਤੇ ਇਨਾਮ ਰੱਖ ਲਿਓ ਮੇਰੇ ਨਾਲ ਤੁਸੀਂ ਇਸ ਤੇਲ ਨੂੰ ਵਰਤੋ ਪਹਿਲੇ ਮਹੀਨੇ ਚ ਤੁਹਾਨੂੰ 1 ਇੰਚ ਲੰਬਾਈ ਅੱਧਾ ਇੰਚ ਮੋਟਾਈ ਦਾ ਰਿਜ਼ਲਟ ਆਏਗਾ ਤਾਂ ਉਹ ਤੁਸੀਂ ਨੁਕਸਾ ਲਿਖ ਲਓ ਬਣਾ ਲਓ ਨਹੀਂ ਬਣਾ ਸਕਦੇ ਤਾਂ ਸਾਡੇ ਕੋਲੇ ਜਾ ਸਕਦੇ ਹੋ ਐਤਵਾਰ ਨੂੰ ਡੱਸ ਕੇ ਪਿੰਡ ਚ ਮੈਨੂੰ ਮਿਲ ਸਕਦੇ ਹੋ ਨੌਜਵਾਨਾਂ ਨਾਲ ਜਿੰਨੇ ਵੀ ਰੋਗ ਨੇ ਟਾਈਮਿੰਗ ਢਿੱਲਾਪਨ ਟੇਡਾਪਨ ਛੋਟਾਪਨ ਪਤਲਾਪਨ ਸ਼ਕਰਾਣੂਆਂ ਦੀ ਦਿੱਕਤ ਬੱਚਾ ਨਹੀਂ ਹੋ ਰਿਹਾ ਤਾਂ ਤਸੋਪਣ ਦੋਸ਼ ਲਿੰਗ ਦੇ ਵਿੱਚੋਂ ਲੇਸਦਾਰ ਪਾਣੀ ਆਉਣਾ ਜਿਆਦਾ ਹਦਰਸੀ ਕਰਕੇ ਨਸਾ ਜਿਆਦੇ ਢਿੱਲੀਆਂ ਕਰ ਲਈਆਂ ਇਹਨਾਂ ਸਾਰੀਆਂ ਪ੍ਰੋਬਲਮਾਂ ਦਾ ਗਰੰਟੀ ਦੇ ਨਾਲ ਨਵਜ ਦੇਖ ਕੇ ਦਸਕੇ ਪਿੰਡ 'ਚ ਮੈਂ ਇਲਾਜ ਕਰਦਾ ਕੱਲਾ ਮਰੀਜ਼ ਮੇਰੇ ਕੋਲੇ ਅੰਦਰ ਆਉਂਦਾ ਕੋਈ ਨਾਲ ਨਹੀਂ ਹੁੰਦਾ ਕੱਲਾ ਮਰੀਜ਼ ਮੇਰੇ ਕੋਲੇ ਇੱਥੇ ਅੰਦਰ ਆਉਂਦਾ ਇਹ ਦਫ਼ਤਰ ਹੈ ਮੇਰਾ ਇੱਥੇ ਦਸਕੇ ਪਿੰਡ 'ਚ ਇੱਥੇ ਮੇਰੇ ਕੋਲੇ ਕੱਲਾ ਹੀ ਮਰੀਜ਼ ਆਉਂਦਾ ਹੈ ਤੇ ਉਹਨੂੰ ਇਕੱਲੇ ਦਾ ਬਿਠਾ ਕੇ ਹਰ ਇੱਕ ਪ੍ਰੋਬਲਮ ਉਹਦੀ ਸੁਣੀ ਜਾਂਦੀ ਹੈ ਉਹਦੀ ਨਬਜ਼ ਦੇਖੀ ਜਾਂਦੀ ਹੈ ਉਸ ਮੁਤਾਬਕ ਉਹਦਾ ਗਰੰਟੀ ਦੇ ਨਾਲ ਇਲਾਜ ਹੁੰਦਾ ਕਿਉਂਕਿ ਛਪਾਉਣ ਨਾਲ ਜਾਂ ਸੰਗਣ ਨਾਲ ਇਹਨਾਂ ਦੇ ਇਲਾਜ ਨਹੀਂ ਹੁੰਦੇ ਤਾਂ ਤੁਹਾਨੂੰ ਵੀ ਅਗਰ ਕਿਸੇ ਵੀ ਨੌਜਵਾਨ ਨੂੰ ਇਦਾਂ ਦੀ ਪ੍ਰੋਬਲਮ ਹੈ ਤਾਂ ਉਹ ਐਤਵਾਰ ਨੂੰ ਡੱਸ ਕੇ ਪਿੰਡ ਦੇ ਵਿੱਚ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਤੁਸੀਂ ਸ਼ਰਮ ਦੇ ਮੈਨੂੰ ਮਿਲ ਕੇ ਆਪਣੇ ਇਲਾਜ ਕਰਵਾ ਸਕਦੇ ਹੋ ਸੋ ਅੱਜ ਜਿਹੜਾ ਤੇਲ ਤੁਸੀਂ ਬਣਾਉਣਾ ਹੈ ਉਹ ਲਿੰਗ ਦੀ ਮਟਾਈ ਤੇ ਲੰਬਾਈ ਵਾਸਤੇ ਆ। ਸੋ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਤੇਲ ਨੇ ਜਿਹੜੇ ਉਹ ਪੰਜ ਤਰ੍ਹਾਂ ਦੇ ਲੈਣੇ ਆ ਤੁਸੀਂ ਅਰੰਡ ਦਾ ਤੇਲ ਲੈਣਾ ਹੈ, ਤਿਲਾਂ ਦਾ ਤੇਲ ਲੈਣਾ ਹੈ, ਜੋਕ ਦਾ ਤੇਲ ਲੈਣਾ, ਤਧੂਰੇ ਦਾ ਤੇਲ ਲੈਣਾ ਤੇ ਬਾਦਾਮ ਦਾ ਤੇਲ ਲੈਣਾ। ਇਹ ਪੰਜ ਤੇਲ ਲੈਣੇ ਆ 100-100 ਗ੍ਰਾਮ। ਵਧੀਆ ਤੇਲ ਲੈਣੇ ਆ ਦੇਖ ਕੇ ਕਿਸੇ ਵਧੀਆ ਕੰਪਨੀ ਦੇ। ਹੋ ਸਕਦਾ ਆਪ ਕਢਾ ਲਓ ਅੱਖਾਂ ਦੇ ਸਾਹਮਣੇ ਕੁਝ ਚੀਜ਼ਾਂ ਦੇ। ਤਾ ਜਿਵੇਂ ਅਰਿੰਡ ਵੀ ਤੁਸੀਂ ਆਪ ਕਢਾ ਸਕਦੇ ਹੋ ਤਿਲਾਂ ਦਾ ਤੇਲ ਵੀ ਆਪ ਕਢਾ ਸਕਦੇ ਹੋ ਜੋਗ ਦਾ ਤੁਹਾਨੂੰ ਪੰਸਾਰੀਆਂ ਤੋਂ ਮਿਲੇਗਾ ਤਾ ਧੂਰੇ ਦਾ ਵੀ ਤੁਸੀਂ ਬੀਜ ਲੈ ਕੇ ਆਪ ਕਢਾ ਸਕਦੇ ਹੋ ਬਦਾਮਾਂ ਦਾ ਵੀ ਆਪ ਕਢਾ ਸਕਦੇ ਹੋ ਇਸੇ ਤਰ੍ਹਾਂ ਜਿਹੜੀਆਂ ਜੜੀ ਬੂਟੀਆਂ ਲੈਣੀਆਂ ਨੇ ਉਹ ਲਿਖ ਲਓ ਜੁੰਦ ਲੈਣਾ ਜੀ 10 ਗ੍ਰਾਮ ਜੈਫਲ 10 ਗ੍ਰਾਮ ਮਾਲ ਕੰਗਣੀ ਇਹ ਵੀ 10 ਗ੍ਰਾਮ ਜਵੈਤਰੀ 10 ਗ੍ਰਾਮ ਰੇਗਵਾਹੀ 10 ਗ੍ਰਾਮ ਕੁਚਲਾ 10 ਗ੍ਰਾਮ ਅਕਰਕਰਾ ইরਾਨੀ 10 ਗ੍ਰਾਮ ਹਿੰਗ 10 ਗ੍ਰਾਮ ਪਿਸਤਾ 10 ਗ੍ਰਾਮ ਲੌਂਗ 10 ਗ੍ਰਾਮ ਕਪੂਰ ਭੀਮ ਸੈਣੀ 10 ਗ੍ਰਾਮ ਤਤੂਰੇ ਦੇ ਬੀਜ 10 ਗ੍ਰਾਮ ਇਹ ਸਾਰੀਆਂ ਜੜੀ ਬੂਟੀਆਂ ਨੂੰ ਲੈ ਕੇ ਦੁਫਾੜ ਕਰ ਲੋ ਚੰਗੀ ਤਰ੍ਹਾਂ ਤੇਲ ਨੇ ਜਿਹੜੇ ਇਹਨਾਂ ਪੰਜਾਂ ਨੂੰ ਮਿਕਸ ਕਰਕੇ ਉਬਲਣਾ ਧਰ ਲੋ ਅੱਗ ਦੇ ਉੱਪਰ ਜਦੋਂ ਉਬਾਲਾ ਆ ਗਿਆ ਅੱਗ ਥੱਲੇ ਬਿਲਕੁਲ ਘਟਾ ਦਿਓ ਉਹਦੇ ਵਿੱਚ ਫਿਰ ਇਹ ਸਾਰੀਆਂ ਚੀਜ਼ਾਂ ਮਿਲਾ ਦਿਓ ਉਸ ਤੋਂ ਬਾਅਦ 10-15 ਮਿੰਟ ਇਹਨੂੰ ਉਬਾਲਣਾ ਹੈ ਥੋੜੀ ਅੱਗ ਤੇ ਜਦੋਂ ਅੱਧਾ ਕਰ ਰਹਿ ਗਿਆ ਏ ਜਦੋਂ ਇਹ 200 ਜਾਂ 250 ਗ੍ਰਾਮ ਰਹਿ ਗਿਆ ਉਦੋਂ ਇਹਨੂੰ ਪੁੰਨ ਲੈਣਾ ਇੱਕ ਸੀਸੀ ਦੇ ਵਿੱਚ ਬੰਦ ਕਰ ਲੈਣਾ 30 ਬੂੰਦਾ ਸਵੇਰੇ ਲਿੰਗ ਤੇ ਮਾਲਿਸ਼ ਕਰਨੀ ਹੈ 10 ਮਿੰਟ ਦੀ 30 ਬੂੰਦਾ ਦੀ ਸ਼ਾਮ ਨੂੰ 2 ਘੰਟੇ ਪਾਣੀ ਨਾ ਲੱਗੇ 2 ਘੰਟੇ ਸੈਕਸ ਨਹੀਂ ਕਰਨਾ ਮੈਂ ਗਰੰਟੀ ਨਾਲ ਦਾਅਵੇ ਨਾਲ سٹਾਮਪ ਪੇਪਰ ਤੇ ਲਿਖ ਕੇ ਦੇਣ ਨੂੰ ਤਿਆਰ ਹਾਂ ਵੀ 1 ਮਹੀਨੇ ਚ ਤੁਹਾਨੂੰ ਪੂਰਾ ਵਧੀਆ ਰਿਜ਼ਲਟ ਆਊਗਾ 1 ਇੰਚ ਦਾ ਆਪ ਵਰਤੋ ਹੋਰਾਂ ਨੂੰ ਅੱਗੇ ਦੱਸੋ ਜਿਹੜੇ ਨਹੀਂ ਬਣਾ ਸਕਦੇ ਉਹ ਐਤਵਾਰ ਨੂੰ ਡੱਸਕੇ ਪਿੰਡ ਦੇ ਵਿੱਚ ਮੈਨੂੰ ਮਿਲ ਸਕਦੇ ਆਂ ਹਰ ਐਤਵਾਰ ਨੂੰ ਡੱਸਕੇ ਪਿੰਡ 'ਚ ਮਿਲ ਕੇ ਆਪਣੇ ਰੋਗਾਂ ਦਾ ਇਲਾਜ ਕਰਵਾ ਸਕਦੇ ਆਂ ਬਾਕੀ ਫੋਨ ਦੀ ਦਿੱਕਤ ਹੁੰਦੀ ਹੈ ਕਈ ਵਾਰੀ ਫੋਨ ਸੁਣੇ ਨਹੀਂ ਜਾਂਦੇ ਫੋਨ ਆਉਂਦੇ ਜਾਦੇ ਆ ਆਪਾਂ ਹਰ ਐਤਵਾਰ ਨੂੰ ਡੱਸਕੇ ਪਿੰਡ 'ਚ ਮਿਲਦੇ ਹੀ ਮਿਲਦੇ ਆਂ ਤਾਂ ਤੁਸੀਂ ਮੈਨੂੰ ਮਿਲ ਸਕਦੇ ਹੋ ਫੋਨ ਜਿਨ੍ਹਾਂ ਦੇ ਲੱਗਦੇ ਆ ਉਹ ਪੁੱਛ ਲੈਂਦੇ ਆ ਕਈ ਵਾਰੀ ਕਿਸੇ ਦਾ ਨਾਂ ਲੱਗੇ ਤਾਂ ਕੋਈ ਦਿੱਕਤ ਨਹੀਂ ਹਰ ਐਤਵਾਰ ਆਪਾਂ ਮਿਲਦੇ ਹੀ ਮਿਲਦੇ ਆਂ ਤਾਂ ਤੁਸੀਂ ਹਰ ਐਤਵਾਰ ਡਸਕੇ ਪਿੰਡ ਦੇ ਵਿੱਚ ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ ਹਰ ਐਤਵਾਰ ਨੂੰ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਸਾਰਾ ਦਿਨ ਰਾਤ ਤੱਕ ਵੀ ਬੈਠਾ ਹੁੰਨਾ ਮੈਂ ਤੁਸੀਂ ਜਦੋਂ ਮਰਜ਼ੀ ਆ ਕੇ ਮੇਤੋਂ ਮਿਲ ਸਕਦੇ ਹੋ ਐਤਵਾਰ ਸਿਰਫ ਐਤਵਾਰ ਤਾਂ ਤੁਹਾਡਾ ਸਭ ਦਾ ਧੰਨਵਾਦ ਬਾਕੀ ਇਹ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਫੇਸਬੁੱਕ WhatsApp YouTube ਤੇ ਔਰ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਫਰਾਡ ਬੰਦਿਆਂ ਤੋਂ ਜਰੂਰ ਬਚਿਓ ਡਸਕੇ ਦੇ ਕੁਝ ਸ਼ਰਾਰਤੀ ਬੰਦੇ ਐਤਵਾਰ ਨੂੰ ਤੁਹਾਨੂੰ ਜਰੂਰ ਕਹਿਣਗੇ ਵੀ ਇੱਥੇ ਦਵਾਈ ਗਲਤ ਦਿੱਤੀ ਜਾਂਦੀ ਹੈ ਜਾਂ ਗਲਤ ਗਾਈਡ ਕਰਨਗੇ ਤੁਹਾਨੂੰ ਉਸ ਜਗ੍ਹਾ ਤੋਂ ਬਚ ਕੇ ਰਹੋ ਤੁਹਾਡਾ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ